ਅੱਜ ਦੀ ਕਲਾਸ ਵਿੱਚ ਤੁਹਾਨੂੰ ਟੌਪਿਕ ਇਲੈਬੋਰੇਟ ਕਰਵਾਇਆ ਜਾਊਗਾ ਚੌਕਲੇਟ ਯੂ ਡਿਡਨਟ ਲਾਈਕ ਠੀਕ ਹੈ ਜੀ ਉਸ ਦੇ ਵਿੱਚ ਵਕੈਬ ਦੱਸੀ ਜਾਊਗੀ ਤੁਸੀਂ ਕਿਸ ਕਿਸ ਤਰ੍ਹਾਂ ਦੇ ਵਰਡਸ ਯੂਜ਼ ਕਰ ਸਕਦੇ ਹੋ ਇਲੈਬੋਰੇਸ਼ਨ ਕਿਸ ਤਰ੍ਹਾਂ ਕਰ ਸਕਦੇ ਹੋ ਤੁਸੀਂ ਇਹਨਾਂ ਦੇ ਕਿਊਜ਼ ਨੂੰ ਕਿੱਦਾਂ ਕਵਰ ਕਰ ਸਕਦੇ ਹੋ ਅਤੇ ਉਸ ਤੋਂ ਬਾਅਦ ਜਿਹੜੇ ਇਸ ਦੇ ਕੁਝ ਫੋਲੋਅਪਸ ਵੀ ਤੁਹਾਨੂੰ ਕਰਾਏ ਜਾਣਗੇ ਜਿਸ ਨਾਲ ਤੁਸੀਂ ਆਪਣਾ ਥਰਡ ਪਾਰਟ ਸਟਰੋਂਗ ਕਰ ਸਕਦੇ ਹੋ ਸੋ ਸਟਾਰਟ ਕਰਦੇ ਹਾਂ ਜੀ ਅੱਜ ਦੀ ਕਲਾਸ ਮੈਂ ਹਾਂ ਜੀ ਰੁਪਿੰਦਰ ਕੌਰ ਤੁਸੀਂ ਦੇਖ ਰਹੇ ਹੋ ਇੰਗਲਿਸ਼ ਵਿਦ ਰੂਪ ਸੋ ਸਟਾਰਟ ਕਰਦੇ ਹਾਂ ਜਿਹੜਾ ਟੌਪਿਕ ਹੈ ਡਿਸਕ੍ਰਾਈਬ ਅ ਚੌਕਲੇਟ ਯੂ ਡਿਡਨਟ ਲਾਈਕ ਉਹ ਚੌਕਲੇਟ ਕਹਿੰਦੇ ਦੱਸਣੇ ਜੋ ਤੁਹਾਨੂੰ ਪਸੰਦ ਨਹੀਂ ਹੈਗੀ ਕਹਿੰਦੇ ਵਟ ਇਟ ਵਾਜ਼ ਮਤਲਬ ਕਿ ਤੁਸੀਂ ਪਸੰਦ ਨਹੀਂ ਸੀ ਕੀਤੀ ਸੋ ਵਟ ਇਟ ਵਾਜ਼ ਉਹ ਕਿਹੜੀ ਚੌਕਲੇਟ ਸੀ ਵੈਨ ਯੂ ਟੇਸਟਡ ਇਟ ਇਹ ਚੌਕਲੇਟ ਤੁਸੀਂ ਕਦੋਂ ਟੇਸਟ ਕੀਤੀ ਸੀ ਹਾਊ ਇਟ ਟੇਸਟਡ ਲਾਈਕ ਕਿੱਦਾਂ ਦਾ ਟੇਸਟ ਸੀ ਐਂਡ ਐਕਸਪਲੇਨ ਵਾਈ ਯੂ ਡਿਡਨਟ ਲਾਈਕ ਇਟ ਅਤੇ ਤੁਹਾਨੂੰ ਇਹ ਚੌਕਲੇਟ ਕਿਉਂ ਨਹੀਂ ਸੀ ਪਸੰਦ ਆਈ ਸੋ ਕੁਝ ਵਕੈਬਰਡਸ ਕਰਦੇ ਹਾਂ ਫਸਟ ਹੈ ਸਵੀਟ ਟੁੱਥ ਸਵੀਟ ਟੁੱਥ ਹੁੰਦਾ ਪਰਸਨ ਜਿਵੇਂ ਆਪਾਂ ਕਹਿੰਦੇ ਆਈ ਹੈਵ ਅ ਸਵੀਟ ਟੁੱਥ ਜਿਸ ਨੂੰ ਮਿੱਠਾ ਬਹੁਤ ਪਸੰਦ ਹੋਵੇ ਸੈਕਿੰਡ ਹੈ ਓਕੇਜ਼ਨਸ ਓਕੇਜ਼ਨਸ ਲਾਈਕ ਮੂਮੈਂਟ ਦੇ ਲਈ ਯੂਜ਼ ਕਰਦੇ ਹਾਂ ਈਵੈਂਟਸ ਦੇ ਲਈ ਯੂਜ਼ ਕਰਦੇ ਹਾਂ ਕੁਝ ਖਾਸ ਮੌਕੇ ਥਰਡ ਹੈ ਜੀ ਆਲ ਦੋ ਭਾਵੇਂ ਕਿ ਫੋਰਥ ਹੈ ਔਫੁਲ ਔਫੁਲ ਹੁੰਦਾ ਬੈਡ ਫਿਫਥ ਹੈ ਕੁਆਇਟ ਕੁਆਇਟ ਹੁੰਦਾ ਕਾਫੀ ਬਿਟਰ ਹੁੰਦਾ ਜੀ ਕੌੜਾ ਠੀਕ ਹੈ ਨੈਕਸਟ ਹੈ ਡਿਜ਼ਰਟ ਇੱਕ ਹੁੰਦਾ ਡੈਜ਼ਰਟ ਇੱਕ ਹੁੰਦਾ ਡਿਜ਼ਰਟ ਜੋ ਮਿੱਠੇ ਦੇ ਵਿੱਚ ਖਾਣ ਵਾਲਾ ਹੁੰਦਾ ਉਹਨੂੰ ਬੋਲਦੇ ਆਪਾਂ ਡਿਜ਼ਰਟ ਡਬਲ ਐਸ ਲੱਗਦੀ ਹੈ ਇਸ 'ਚ ਏਟਥ ਹੈ ਜੀ ਪ੍ਰੀਵੈਲੈਂਟ ਪ੍ਰੀਵੈਲੈਂਟ ਹੁੰਦਾ ਜੋ ਪਾਪੂਲਰ ਹੋਵੇ ਨੈਕਸਟ ਟ੍ਰੈਸ਼ ਬਿਨ ਠੀਕ ਆ ਡਸਟਬਿਨ ਨੂੰ ਕਿਹਾ ਜਾਂਦਾ ਹੈ ਨੈਕਸਟ ਹੈ ਨਿਊਮਰਸ ਨਿਊਮਰਸ ਹੁੰਦਾ ਬਹੁਤ ਜ਼ਿਆਦਾ ਮੈਨੀ ਸੋ ਸਟਾਰਟਿੰਗ ਕਰਦੇ ਹਾਂ ਕਹਿੰਦੇ ਫਰੈਂਕਲੀ ਸਪੀਕਿੰਗ ਆਈ ਡੂ ਹੈਵ ਅ ਸਵੀਟ ਟੁੱਥ ਐਂਡ ਚੌਕਲੇਟ ਇਜ਼ ਸ਼ਿਓਰਲੀ ਗੁੱਡ ਫੋਰ ਹੈਲਥ ਕਹਿੰਦੇ ਮੇਰੀ ਇੱਕ ਸਵੀਟ ਟੁੱਥ ਹੈ ਵੀ ਮੈਨੂੰ ਮਿੱਠਾ ਬਹੁਤ ਪਸੰਦ ਆ ਬਟ ਅਤੇ ਨਾਲ ਹੀ ਕਹਿੰਦੇ ਜਿਹੜੀ ਚੌਕਲੇਟ ਆ ਸ਼ਿਓਰਲੀ ਕਹਿੰਦੇ ਹੈਲਥ ਦੇ ਲਈ ਵਧੀਆ ਹੁੰਦੀ ਆ ਐਵਰੀ ਏਜ ਗਰੁੱਪ ਲਾਈਕਸ ਟੂ ਈਟ ਚੌਕਲੇਟ ਐਂਡ ਦੇ ਡਿਸਟ੍ਰੀਬਿਊਟ ਇਟ ਔਨ ਵੇਰੀਅਸ ਹੈਪੀ ਓਕੇਜ਼ਨ ਹਰੇਕ ਕਹਿੰਦੇ ਏਜ ਗਰੁੱਪ ਨੂੰ ਚੌਕਲੇਟ ਖਾਣਾ ਪਸੰਦ ਹੁੰਦਾ ਅਤੇ ਉਹ ਡਿਸਟ੍ਰੀਬਿਊਟ ਕਰਦੇ ਆ ਬਹੁਤ ਸਾਰੇ ਓਕੇਜ਼ਨਸ 'ਤੇ ਐਂਡ ਫਰੈਂਡਸ ਤੁਸੀਂ ਮੈਨੂੰ ਇੰਸਟਾ 'ਤੇ ਫੋਲੋ ਕਰ ਸਕਦੇ ਹਾਂ ਇੰਸਟਾ 'ਤੇ ਮੈਂ ਅਪਡੇਟ ਪਾਉਂਦੀ ਹਾਂ ਜਿੱਥੇ ਵੀ ਅਸੀਂ ਵਿਜ਼ਿਟ ਕਰਦੇ ਹਾਂ ਅਤੇ ਤੁਸੀਂ ਮੈਨੂੰ ਪਰਸਨਲੀ ਮਿਲ ਕੇ ਆਪਣੇ ਡਾਊਟਸ ਕਲੀਅਰ ਕਰ ਸਕਦੇ ਹੋ ਸੋ ਹੁਣ ਆਪਾਂ ਨੈਕਸਟ ਟੌਪਿਕ ਨੂੰ ਫਾਰਵਰਡ ਕਰਦੇ ਹਾਂ ਨੈਕਸਟ ਕਿਉਂ ਕਵਰ ਕਰਦੇ ਹਾਂ ਕਹਿੰਦੇ ਸਿੰਸ ਮਾਈ ਚਾਈਲਡਹੁੱਡ ਆਈ ਹੈਵ ਬੀਨ ਫੌਂਡ ਆਫ ਈਟਿੰਗ ਚੌਕਲੇਟ ਮੈਨੂੰ ਆਪਣੇ ਬਚਪਨ ਤੋਂ ਹੀ ਕਹਿੰਦੇ ਚੌਕਲੇਟ ਖਾਣਾ ਬਹੁਤ ਪਸੰਦ ਹੈ ਕਦੋਂ ਆਫਟਰ ਲੰਚ ਐਂਡ ਡਿਨਰ ਆਈ ਹੈਵ ਟੇਸਟਡ ਵਰਾਇਟੀ ਆਫ ਚੌਕਲੇਟ ਐਂਡ ਲਾਈਕ ਮੋਸਟ ਆਫ ਦੈਮ ਮੈਂ ਬਹੁਤ ਸਾਰੇ ਚੌਕਲੇਟ ਖਾਧੇ ਆ ਅਤੇ ਮੈਨੂੰ ਬਹੁਤ ਮਤਲਬ ਕਿ ਮੋਸਟਲੀ ਸਭ ਹੀ ਪਸੰਦ ਨੇ ਆਲਦੋ ਆਈ ਲਾਈਕ ਮੋਸਟ ਚੌਕਲੇਟ ਵਰਾਇਟੀਜ਼ ਆਈ ਰੀਸੈਂਟਲੀ ਟੇਸਟਡ ਨਿਊ ਫਲੇਵਰ ਦੈਟ ਆਈ ਡਿਡਨਟ ਲਾਈਕ ਭਾਵੇਂ ਕਿ ਕਹਿੰਦੇ ਮੈਨੂੰ ਬਹੁਤ ਸਾਰੀਆਂ ਚੌਕਲੇਟ ਦੀਆਂ ਵਰਾਇਟੀਜ਼ ਪਸੰਦ ਨੇ ਬਟ ਜੋ ਮੈਂ ਰੀਸੈਂਟਲੀ ਟੇਸਟ ਕੀਤੀ ਸੀ ਉਹ ਮੈਨੂੰ ਵਧੀਆ ਨਹੀਂ ਸੀ ਲੱਗੀ ਇਟ ਵਾਜ਼ ਅ ਬਾਰ ਆਫ ਚੌਕਲੇਟ ਵਿਚ ਵਨ ਆਫ ਮਾਈ ਫਰੈਂਡਸ ਮੇਡ ਵਿਦ ਦਾ ਹੈਲਪ ਆਫ ਯੂਟਿਊਬ ਐਜ਼ ਸ਼ੀ ਇਜ਼ ਨੋਟ ਐਕਸਪਰਟ ਇਨ ਕੁਕਿੰਗ ਡਿਊ ਟੂ ਦੈਟ ਸ਼ੀ ਮੇਡ ਔਫੁਲ ਚੌਕਲੇਟ ਕਹਿੰਦੇ ਮੈਂ ਰੀਸੈਂਟਲੀ ਜੋ ਟੇਸਟ ਕੀਤੀ ਸੀ ਉਹ ਮੇਰੇ ਫਰੈਂਡ ਨੇ ਬਣਾਈ ਸੀਗੀ ਯੂਟਿਊਬ ਦੀ ਹੈਲਪ ਨਾਲ ਕਿਉਂਕਿ ਉਹ ਇੱਕ ਐਕਸਪਰਟ ਕੁੱਕ ਨਹੀਂ ਹੈਗੀ ਲਾਈਕ ਐਕਸਪਰਟ ਨਹੀਂ ਹੈਗੀ ਇਸ ਕਰਕੇ ਜਿਹੜਾ ਉਹਦਾ ਟੇਸਟ ਸੀ ਬਹੁਤ ਔਫੁਲ ਰਿਹਾ ਬੈਡ ਰਿਹਾ ਇਟ ਹੈਪਨ ਕਦੋਂ ਹੋਇਆ ਕਹਿੰਦੇ ਇਟ ਹੈਪਨ ਲਾਸਟ ਮੰਥ ਵੈਨ ਸ਼ੀ ਇਨਵਾਈਟਡ ਮੀ ਐਟ ਹਰ ਹੋਮ ਔਨ ਦਾ ਓਕੇਜ਼ਨ ਆਫ ਹਰ ਸਿਸਟਰਸ ਬਰਥਡੇ ਇਹ ਉਦੋਂ ਹੋਇਆ ਕਹਿੰਦੇ ਲਾਸਟ ਪਿਛਲੇ ਮਹੀਨੇ ਜਦੋਂ ਉਹਨੇ ਆਪਣੇ ਸਿਸਟਰ ਦੇ ਬਰਥਡੇ 'ਤੇ ਮੈਨੂੰ ਇਨਵਾਈਟ ਕੀਤਾ ਸੀ ਸ਼ੀ ਗੇਵ ਡਿਫਰੈਂਟ ਫਲੇਵਰ ਆਫ ਚੌਕਲੇਟ ਬਟ ਆਈ ਵਾਂਟਡ ਟੂ ਟਰਾਈ ਹੋਮ ਮੇਡ ਚੌਕਲੇਟ ਉਹਨੇ ਮੈਨੂੰ ਬਹੁਤ ਅਲੱਗ ਅਲੱਗ ਚੌਕਲੇਟਸ ਦਿੱਤੀਆਂ ਬਟ ਜੋ ਉਹਨੇ ਬਣਾਈ ਸੀ ਮਤਲਬ ਕਿ ਹੋਮ ਮੇਡ ਸੀ ਮੈਂ ਉਹ ਟਰਾਈ ਕਰਨਾ ਚਾਹੁੰਦੀ ਸੀ ਸੋ ਇਟਸ ਟੇਸਟ ਵਾਜ਼ ਕੁਆਇਟ ਡਿਫਰੈਂਟ ਲਾਈਕ ਬਿਟਰ ਉਹਦਾ ਟੇਸਟ ਬਹੁਤ ਡਿਫਰੈਂਟ ਸੀ ਜਿਵੇਂ ਕਿ ਕਹਿੰਦੇ ਕੜਾਹ ਆਪਾਂ ਕਹਿ ਨਹੀਂ ਦਿੰਦੇ ਜਿਵੇਂ ਕਿ ਕਹਿੰਦੇ ਵੀ ਕੜਵਾ ਆਪਾਂ ਕਹਿੰਦੇ ਕੌੜਾ ਸੀ ਐਂਡ ਇਟ ਵਾਜ਼ ਡਿਫੀਕਲਟ ਫੋਰ ਮੀ ਟੂ ਈਟ ਇਟ ਅਤੇ ਮੈਨੂੰ ਇਹ ਖਾਣਾ ਬਹੁਤ ਡਿਫੀਕਲਟ ਲੱਗ ਰਿਹਾ ਸੀ ਇਟਸ ਟੇਸਟ ਵਾਜ਼ ਬਿਟਰ ਬਿਟਰ ਸੀ ਬਿਲਕੁਲ ਹੀ ਲਿਟਰਲੀ ਆਪਾਂ ਕਹਿ ਸਕਦੇ ਹਾਂ ਵੀ ਬਹੁਤ ਜ਼ਿਆਦਾ ਕੌੜਾ ਸੀ ਐਂਡ ਆਫਟਰ ਟੂ ਬਾਈਟਸ ਮਤਲਬ ਕਿ ਮੈਂ ਥੋੜ੍ਹੀ ਜਿਹੀ ਖਾਧੀ ਆਈ ਥਰਿਊ ਦਾ ਰੈਸਟ ਆਫ ਦਾ ਚੌਕਲੇਟ ਇਨ ਦਾ ਟ੍ਰੈਸ਼ ਬਿਨ ਅਤੇ ਬਾਕੀ ਚੌਕਲੇਟ ਮੈਂ ਟ੍ਰੈਸ਼ ਬਿਨ 'ਚ ਸੁੱਟ ਦਿੱਤੀ ਡਸਟਬਿਨ 'ਚ ਸੁੱਟ ਦਿੱਤੀ ਲਾਈਕ ਆਪਾਂ ਹੁਣ ਇਹਦੇ ਵਿੱਚ ਜਿਹੜਾ ਨੈਕਸਟ ਕੁਐਸਚਨ ਕਵਰ ਕਰਨਾ ਹੈ ਉਹ ਇਹ ਆ ਲਾਸਟ 'ਤੇ ਜੋ ਹੁਣ ਆਪਾਂ ਕਵਰ ਕਰਾਂਗੇ ਕਿ ਤੁਸੀਂ ਕਿਉਂ ਨਹੀਂ ਪਸੰਦ ਕੀਤੀ ਉਹ ਕਹਿੰਦੇ ਦਾ ਮੇਨ ਰੀਜ਼ਨ ਵਾਈ ਆਈ ਡਿਡ ਨੋਟ ਲਾਈਕ ਦਾ ਚੌਕਲੇਟ ਐਜ਼ ਅ ਟੇਸਟ ਵਾਜ਼ ਬਿਟਰ ਐਂਡ ਸ਼ੂਗਰ ਵਾਜ਼ ਲੈਸ ਕੌੜੀ ਸੀ ਮਿੱਠਾ ਬਹੁਤ ਘੱਟ ਸੀ ਅਨਦਰ ਰੀਜ਼ਨ ਇਜ਼ ਦੈਟ ਦੇਅਰ ਵਾਜ਼ ਨੋ ਆਲਮੰਡਸ ਐਂਡ ਨਟਸ ਇਨ ਦਾ ਚੌਕਲੇਟ ਅਤੇ ਕੋਈ ਆਲਮੰਡਸ ਵਗੈਰਾ ਕੋਈ ਬਦਾਮ ਜਾਂ ਨਟਸ ਵੀ ਨਹੀਂ ਸੀ ਉਸ ਚੌਕਲੇਟ 'ਚ ਸੋ ਹੁਣ ਇਸ ਦੇ ਫੋਲੋਅਪਸ ਕੁਐਸਚਨ ਕਰਦੇ ਹਾਂ ਜੋ ਕਿ ਵੈਸੇ ਇਸ ਦੇ ਫੋਲੋਅਪਸ ਕੁਐਸਚਨ ਜੋ ਮੱਕੜ ਦੀ ਬੁੱਕ ਹੈ ਜੋ ਲਿਸਟ ਹੈ ਉਸ 'ਚ ਨਹੀਂ ਪ੍ਰੋਵਾਈਡਡ ਬਟ ਮੈਂ ਇਸ ਦੇ ਨਾਲ ਰਿਲੇਟਡ ਤੁਹਾਨੂੰ ਕਰਵਾ ਰਹੀ ਹਾਂ ਜੋ ਕਿ ਤੁਹਾਨੂੰ ਮੋਸਟਲੀ ਇੱਦਾਂ ਦੇ ਹੀ ਕੁਐਸਚਨ ਆ ਜਿਹੜੇ ਥਰਡ ਪਾਰਟ 'ਚ ਬਣਦੇ ਨੇ ਅਤੇ ਤੁਹਾਨੂੰ ਐਗਜ਼ਾਮ 'ਚ ਪੁੱਛੇ ਜਾ ਸਕਦੇ ਨੇ ਸੋ ਫਸਟ ਕੁਐਸਚਨ ਹੈ ਹਾਊ ਆਫਨ ਡੂ ਯੂ ਈਟ ਚੌਕਲੇਟ ਅਕਸਰ ਤੁਸੀਂ ਕਿੰਨੀ ਕੁ ਚੌਕਲੇਟ ਖਾਂਦੇ ਹੋ ਕਹਿੰਦੇ ਯੈਸ ਆਈ ਡੂ ਈਟ ਚੌਕਲੇਟ ਐਵਰੀ ਡੇ ਵੈਨ ਆਈ ਡੇਲੀ ਕੰਪਲੀਟ ਮਾਈ ਡਿਨਰ
आई कंज्यूम 2 to 3 डार्क चॉकलेट एज आ डिजर्ट बिकॉज इट इज़ लोडेड विद न्यूट्रिएंट्स दैट कैन पॉजिटिवली इफेक्ट माई हेल्थ. कहने मैं 2 to 3 चॉकलेट्स खाना हाँ आफ्टर डिनर या तुसी लंच कह सकते हैं क्योंकि बहुत ज़्यादा न्यूट्रिएंट्स होंगे ने जो मेरी हेल्थ के लिए सही नहीं. What's your favorite flavor? Favorite flavor ਕਿਹੜਾ ਹੈ? ਤੁਸੀਂ ਕੋਈ ਵੀ ਦੱਸ ਸਕਦੇ ਹੋ. I like dark chocolate because of its unique taste. ਕਿਉਂਕਿ ਇਹਦਾ ਅਲੱਗ ਜਿਹਾ ਟੇਸਟ ਹੁੰਦਾ. Moreover, it doesn't have extra sugar. ਜ਼ਿਆਦਾ ਸ਼ੂਗਰ ਨਹੀਂ ਹੁੰਦੀ. Due to this reason, it is a healthy option. Numerous studies have provided that eating it could reduce your heart disease and heart attack chances. ਈਵਨ ਕਹਿੰਦੇ ਸਟੱਡੀਜ਼ ਨੇ ਇਹ ਵੀ ਪਰੂਵ ਕੀਤਾ ਜੇ ਇਹਨੂੰ ਸਹੀ ਅਮਾਊਂਟ 'ਚ ਤੁਸੀਂ ਖਾਂਦੇ ਹੋ ਤਾਂ ਇਹਦੇ ਨਾਲ ਤੁਹਾਨੂੰ ਹਾਰਟ ਦੇ ਰਿਲੇਟਡ ਕੋਈ ਡਿਜ਼ੀਜ਼ ਨਹੀਂ ਹੁੰਦੀ, ਅਟੈਕਸ ਵੀ ਨਹੀਂ ਹੁੰਦੇ ਹਾਰਟ ਅਟੈਕ. ਸੋ ਨੈਕਸਟ ਕੁਐਸਚਨ ਹੈ ਜਿਹੜਾ ਕਹਿੰਦੇ ਇਸ ਚੋਕਲੇਟ ਐਕਸਪੈਂਸਿਵ ਇਨ ਇੰਡੀਆ ਕਿ ਐਕਸਪੈਂਸਿਵ ਹੈ? ਯੈਸ ਕਹਿੰਦੇ ਐਬਸੋਲਿਊਟਲੀ ਬਿਕੋਜ਼ ਇਟ ਇਜ਼ ਡੇਲੀ ਕੰਜ਼ਿਊਮਡ ਬਾਈ ਮੋਸਟ ਆਫ ਦ ਪੀਪਲ ਇਨ ਇੰਡੀਆ. ਬਹੁਤ ਸਾਰੇ ਲੋਕ ਇਹਨੂੰ ਖਾਂਦੇ ਨੇ, ਕੰਜ਼ਿਊਮ ਹੁੰਦਾ, ਈਟ ਕਰਦੇ ਨੇ. ਅਡੀਸ਼ਨਲੀ ਫੋਰਨ ਚੋਕਲੇਟ ਇਜ਼ ਵੈਰੀ ਐਕਸਪੈਂਸਿਵ ਐਜ਼ ਇਟ ਇਜ਼ ਇੰਪੋਰਟਡ ਫਰੋਮ ਡਿਫਰੈਂਟ ਕੰਟਰੀਜ਼. ਸੋ ਨੀਅਰਲੀ 10% ਬੇਸਿਕ ਕਸਟਮ ਡਿਊਟੀ ਐਂਡ 10% ਸੋਸ਼ਲ ਵੈਲਫੇਅਰ ਟੈਕਸ ਆਰ ਆਲਸੋ ਐਪਲੀਕੇਬਲ ਔਨ ਦਾ ਬੇਸਿਕ ਪ੍ਰਾਈਸ. ਸੋ ਕਹਿੰਦੇ ਜਿਹੜੀਆਂ ਫੋਰਨ ਚੋਕਲੇਟ ਹੁੰਦੀਆਂ ਉਹ ਇੰਪੋਰਟ ਕੀਤੀਆਂ ਜਾਂਦੀਆਂ, ਸੋ ਦੈਟਸ ਵਾਈ ਉਹਨਾਂ 'ਤੇ ਟੈਕਸ ਵਗੈਰਾ ਲੱਗਦਾ, ਇਸ ਕਰਕੇ ਇਹ ਬਹੁਤ ਜ਼ਿਆਦਾ ਐਕਸਪੈਂਸਿਵ ਹੁੰਦੀਆਂ ਕਿਉਂਕਿ ਆਪਾਂ ਦੇਖਦੇ ਹਾਂ ਛੋਟੀ ਜਿਹੀ ਚੋਕਲੇਟ ਆਉਂਦੀ ਹੈ ਅਤੇ ਕਾਫੀ ਐਕਸਪੈਂਸਿਵ ਹੁੰਦੀ ਆ. ਨੈਕਸਟ ਕੁਐਸਚਨ ਹੈ ਵੈਨ ਵਾਜ ਦਾ ਫਸਟ ਟਾਈਮ ਯੂ ਏਟ ਚੋਕਲੇਟ? ਕਦੋਂ ਤੁਸੀਂ ਫਸਟ ਟਾਈਮ ਚੋਕਲੇਟ ਖਾਧੀ? ਆਈ ਰਿਮੈਂਬਰ ਵੈਨ ਆਈ ਵਾਜ ਅ ਚਾਈਲਡ ਮਾਈ ਫਾਦਰ ਵਾਜ ਸਪੋਜ਼ ਟੂ ਬ੍ਰਿੰਗ ਅ ਵਰਾਇਟੀ ਆਫ ਚੋਕਲੇਟ ਵੈਨ ਹੀ ਰਿਟਰਨ ਹੋਮ ਫਰੋਮ ਹਿਸ ਵਰਕ. ਜਦੋਂ ਕਹਿੰਦੇ ਵਰਕ ਤੋਂ ਵਾਪਸ ਆਉਂਦੇ ਸੀ, ਮਤਲਬ ਕਿ ਚੋਕਲੇਟ ਉਹ ਕਰਦੇ ਸੀਗੇ, ਲੈ ਕੇ ਆਉਂਦੇ ਸੀਗੇ, ਐਟ ਦੈਟ ਟਾਈਮ ਆਈ ਅਜ਼ਿਊਮਡ ਦੈਟ ਆਈ ਹੈਡ ਟੇਸਟਡ ਚੋਕਲੇਟ ਦ ਵੈਰੀ ਫਸਟ ਟਾਈਮ. ਸੋ ਉਸ ਟਾਈਮ ਕਹਿੰਦੇ ਮੈਂ ਫਸਟ ਟਾਈਮ ਚੋਕਲੇਟ ਖਾਧੀ ਸੀ. ਸੋ ਨੈਕਸਟ ਹੈ 5th, ਇਜ਼ ਚੋਕਲੇਟ ਪਾਪੂਲਰ ਇਨ ਇੰਡੀਆ? ਯੈਸ ਕਹਿੰਦੇ ਇਟਸ ਪ੍ਰੀਵੈਲੈਂਟ ਐਜ਼ ਆਲਮੋਸਟ ਐਵਰੀਵਨ ਈਟਸ ਚੋਕਲੇਟ, ਕਿਉਂਕਿ ਹਰੇਕ ਪਰਸਨ ਚੋਕਲੇਟ ਖਾਂਦਾ ਹੈ. ਸੋ ਮੋਰਓਵਰ ਔਨ ਮੈਨੀ ਓਕੇਜ਼ਨਸ ਲਾਈਕ ਬਰਥਡੇ ਪਾਰਟੀਜ਼, ਐਨੀਵਰਸਰੀਜ਼ ਔਰ ਸਮ ਸਪੈਸ਼ਲ ਡੇਜ਼ ਲਾਈਕ ਵੈਲੰਟਾਈਨਸ ਡੇਜ਼, people generally distribute chocolates to each other. So definitely kehnde bahut zyada popular hai. Okay friends, je tuhanu meri ajj di class vadhiya lagi, like te comment karke zarur dassiyo. Milde hain ji navi video de naal. Bye bye, take care.